हाँ जी सारे ही दोस्तों नूं प्यार भरी सत श्री अकाल। लहरा बेगा दी बकरियां दी मंडी दे विच खड़ेंगे तो बाई खड़े ने अपने कोले गुरतेज सिंह सिद्धू तो बाई मनदीप सिंह भुल्लर साहब तो डॉग का बहुत वड्डा काम है इन्हां दे कोले ते सस्ते रेटां दे उपर अपने डॉग भी बेचते हैं तो क्वालिटी भी बहुत सोहनी हुंदी है। बाकी जिस तरह की क्वालिटी रहिंदी हैगी रेट भी बाईआं दे उस तरह के घट ही है जिहड़े ओह रहिंदे नेगे। तो हुण आपां गुरतेज बाई दे नाल गल्लबात कर देंगे तो अज अपने कोल की अवेलेबल है बाई बेचण दे लई आए हुए नेगे तो इत्थे हर बार आउंदे रहिंदे नेगे तो दिखाउणे नेगे की बकाऊ आ। मैं यही कहूँगा सारे तो पहला भी वीडियो नूं शेयर कर दिए तां जो किसे होर वीर तक वीडियो पहुँच जाए तो वह भी खरीद सकन। बाईआं दे नंबर आपां स्क्रीन ते दिन्नेंगे थोड़े टाइम तक। तो बाई जी गुरतेज सिंह जी सत श्री अकाल। सत श्री अकाल बाई जी, थोड़ा धन्यवाद है थोड़े चैनल का जो तुम सू वधिया आने साडे पिंडी ते। गुरतेज बाई जी ए दसो भी अपने हत्थां जिहड़ा ये कतूरा है ਕਿਹੜੀ ਬਰੀਡ ਦਾ ਬਾਈ? ਬਾਈ ਜਰਮਨ ਸ਼ੈਫਰਡ ਹੈ। ਜਰਮਨ ਸ਼ੈਫਰਡ? ਹਾਂਜੀ ਹਾਂਜੀ। ਕਿੰਨੇ ਕੁ ਦਿਨ ਦਾ ਬਾਈ? ਇਹ 35 ਕੁ ਦਿਨ ਦਾ ਜੀ। 35 ਕੁ ਦਿਨ ਦਾ ਹੈ। ਮੇਲ ਆ ਜਾਂ ਫੀਮੇਲ ਆ? ਇਹ ਮੇਲ ਹੈ। ਮੇਲ ਹੈ। ਹੋਮ ਬਰੀਡਿੰਗ ਆ ਜਾਂ ਬਾਹਰੋਂ ਪਰਚੇਜ ਆ? ਨਹੀਂ ਘਰੋਂ, ਘਰ ਦੀ ਬਰੀਡਿੰਗ ਹੈ ਬਾਈ। ਘਰ ਦੀ ਬਰੀਡਿੰਗ ਆ ਜੀ। ਠੀਕ ਹੈ। ਬਾਹਰੋਂ ਨੂੰ ਚੱਕ ਕੇ ਆ ਬੇਚਦੇ ਜਿਹੜੀ ਵੀ ਘਰੇ ਹੋਈ ਜਾਂ ਬਰੀਡ ਉਹੀ ਵੇਚਦੇ ਆ। ਉਹੀ ਵੇਚਦੇ ਆ। ਕਿੰਨੇ ਕੁ ਟਾਈਮ ਦਾ ਕੰਮ ਆ ਬਾਈ ਆਪਣਾ? ਮੈਨੂੰ ਹੋ ਗਿਆ ਵੀਰੇ 10 ਸਾਲ ਲੱਗੇ ਨੇ। 10 ਸਾਲ ਨੂੰ ਡਿਮਾਂਡ ਕਿੰਨੀ ਕਾ ਬਾਈ ਇਹਦੀ? ਇਹਦੀ ਵੀ 11 12 ਹਜ਼ਾਰ ਰੁਪਿਆ ਰੇਟ ਆ। 11 12 ਹਜ਼ਾਰ ਰੁਪਿਆ ਹੈ। ਠੀਕ ਹੈ। ਬੱਚਾ ਕਿਹਦਾ ਹੈ ਵੈਸੇ? ਬੱਚਾ ਜੇ ਉਹ ਡੌਗ ਆਪਣਾ ਬੈਠਾ ਉਹਦਾ ਫਾਦਰ ਆ ਜਿਹੜਾ ਉਹਦਾ ਘਰੇ ਆ। ਅੱਛਾ, ਉਧਰਲੀ ਸਾਈਡ ਹੈ ਉਹ ਡੌਗ ਬੈਠਾ, ਉਹ ਵੀ ਤੁਹਾਨੂੰ ਦਿਖਾਉਣਗੇ ਬਾਅਦ ਵਿੱਚ ਉਹਦੀ ਡਿਟੇਲ ਲੈਣੇ ਆ ਬਾਈਆਂ ਤੋਂ ਤੇ ਭੁੱਲਰ ਬਾਈ ਦੇ ਨਾਲ ਵੀ ਗੱਲਬਾਤ ਕਰਦੇ ਆ। ਭੁੱਲਰ ਸਾਹਿਬ ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਬਾਈ, ਤੁਹਾਡੇ ਧੰਨਵਾਦ, ਬਹੁਤ ਬਹੁਤ ਧੰਨਵਾਦ ਤੁਹਾਡੇ ਕਿਲੇ ਦੀ ਲਾਣੇ ਟੀਵੀ ਦਾ। ਕੰਮ ਕਾਜ ਕਿਸ ਤਰ੍ਹਾਂ ਚੱਲ ਰਿਹਾ? ਪੂਰਾ ਵਧੀਆ ਚੱਲ ਰਿਹਾ। ਮੇਰੇ ਵੱਜੇ ਨੇ ਪਰਮਾਤਮਾ ਦੀ ਮਿਹਰ। ਕੀ ਬਾਤ ਹੈ, ਬਾਕੀ ਤੁਹਾਡੇ ਭਰਾਵਾਂ ਦੀ ਮਿਹਰ ਸਾਡੇ ਨਾਲ। ਕੀ ਬਾਤ ਹੈ ਤੇ ਬਾਈ ਜੀ ਇੱਕ ਇਹ ਕਿਹੜਾ? ਇਹ ਵੀ ਜਰਮਨ? ਇਹ ਵੀ ਜਰਮਨ ਹੈ ਜੀ। ਅੱਛਾ, ਇਹ ਕਿੰਨੇ ਕੁ ਦਿਨ ਦਾ ਵੀਰੇ? ਇਹ 35-37 ਦਿਨਾਂ ਦਾ ਜੀ। ਮੇਲ ਹੈ? ਮੇਲ ਹੈ ਜੀ। ਮੇਲ ਹੈ, ਸੇਲ ਹੈ? ਹਾਂਜੀ ਹਾਂਜੀ ਹਾਂਜੀ। ਅੱਛਾ, ਤੇ ਬਾਈ ਐਂ ਦੱਸ ਵੀ ਕੀ ਰੇਟ ਰਹੂਗਾ ਇਹਦਾ ਯਾਰ? ਇਹ ਜਿਵੇਂ ਡਬਲ ਕੋਟ ਆ ਉਹਦਾ 15,000 ਰੁਪਇਆ। ਹਾਂ, ਜਿਵੇਂ ਥੋੜਾ ਲੋ ਕੋਟ ਆ ਉਹਦਾ 12,000 ਰੁਪਇਆ। ਅੱਛਾ, ਜਿਵੇਂ ਫੀਮੇਲ 8,000 ਰੁਪਇਆ ਦੀ। ਲੈ ਇਹ ਜਾਣਕਾਰੀ ਦੇ ਬਾਈ ਮੈਨੂੰ, ਹੁਣ ਇੰਨਾ ਤਾਂ ਪਤਾ ਹੈ ਨਹੀਂ, ਮੈਂ ਵੀਡੀਓ ਜ਼ਰੂਰ ਬਣਾ ਰਿਹਾ ਵੀ ਲੌਂਗ ਕੋਟ ਇਹ ਕੀ ਕਹਿੰਦੇ ਹੁੰਦੇ ਆ? ਕੋਟ ਵੱਡਾ ਹੁੰਦਾ, ਜੱਤ ਵੱਧ ਹੁੰਦੀ ਜੀ। ਅੱਛਾ, ਕਿ ਡਬਲ ਕੋਟ ਲੌਂਗ ਕੋਟ ਲੌਂਗ ਤੇ ਵੱਧ ਹੁੰਦੀ ਹੈ। ਅੱਛਾ, ਹਾਂ ਡਬਲ ਕੋਟ ਬੱਧੂ ਫਿਰ ਵਧੀਆ ਆ ਜਾਂਦੀ ਹੈ। ਡਬਲ ਕੋਟ ਮੀਡੀਅਮ ਕੋਟ ਆ ਗਿਆ ਉਹ ਵਿਚਾਲੜਾ ਮੇਲ ਆ ਜਾਂਦਾ ਜੀ। ਫਿਰ ਸਿੰਗਲ ਕੋਟ ਆ ਜਾਂਦਾ ਉਹ ਘੱਟ ਘੱਟ ਜੱਤ ਆ। ਇਹ ਕਿਹੜਾ ਕੋਟ ਦੱਸਿਆ ਆਪਾਂ? ਇਹ ਡਬਲ ਕੋਟ ਹੈ ਜੀ। ਇਹ ਡਬਲ ਕੋਟ ਹੈ, ਵੇਖ ਕਿਹਦੀ ਜੱਤ ਹੈ। ਠੀਕ ਹੈ, ਜੱਤ ਦੇਖ ਕੇ ਕਹਿੰਦੇ ਆਪਾਂ। ਹੈ ਹਾਂ, ਇਹ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ। ਹਾਂਜੀ ਹਾਂ, ਜਿਵੇਂ ਉਹ ਕੁੱਤਾ ਬੈਠਾ ਉਹ ਡਬਲ ਕੋਟ ਹੈ। ਉਹ ਡਬਲ ਕੋਟ ਹੈ। ਅੱਛਾ, ਇਹ ਗੱਲਬਾਤ ਸਹੀ ਹੈ। ਰੇਟ ਕੀ ਰਹੂ ਬਾਈ ਇਹਦਾ? ਰੇਟ ਕੋਈ ਗੱਲ ਨਹੀਂ, ਬਾਕੀ 15,000 ਰੁਪਏ ਡਿਮਾਂਡ ਕਰਦੇ ਆ। 15 ਕਿ ਡਿਮਾਂਡ ਕਰਦੇ ਆ, ਬਾਕੀ ਕਰ ਦਾਂਗੇ। ਗਾਹਕ ਦਾ ਕੋਈ ਇੱਕ ਨਹੀਂ, ਭੇਜ ਵੀ ਦਵਾਂਗੇ ਨਾ ਇੱਥੇ ਜਾਈਂਦਾ। ਹਾਂ, ਡਿਲੀਵਰੀ ਦੇ ਦਾਂਗੇ ਇੱਥੇ, ਬਾਕੀ ਮੰਗਦਾ ਗਾਹਕ ਦੇ ਦੇਣਾ। ਲੈ ਹੋਰ ਵੀ ਦਿਖਾ ਬਾਈ ਭੁੱਲਰ ਕੀ ਆ ਇੱਧਰ ਖਾਸ। ਸਾਰੇ ਕਤੂਰੇ ਨੇ ਬਾਈ ਦੇ ਕੋਲੇ, ਸਾਰੇ ਦਿਖਾਉਣੇਗੇ ਵੈਸੇ ਸੁੱਤੇ ਪਏ ਨੇ ਨਾ ਬਾਈਆਂ ਦੀ। ਮੈਨੂੰ ਲੱਗਦਾ ਆਪਾਂ ਕਤੂਰਿਆਂ ਦੀ ਨੀਂਦ ਉਹ ਕਰਤੀ। ਚਲੋ ਉਧਰਲੇ ਜਾ ਕੇ ਹੋਏ ਨੇ ਇਹ ਸਾਰੇ ਜਰਮਨ ਨੇ ਬਾਈ ਭੁੱਲਰ? ਹਾਂਜੀ ਹਾਂਜੀ, ਤਿੰਨੇ ਜਰਮਨ ਹੈ ਜੀ। ਤਿੰਨੇ ਜਾਨਵਰ ਜਰਮਨ ਨੇ। ਇਹ ਰੋਡ ਵੀਲਰ ਹੈ ਜੀ। ਇਹ ਫੀਮੇਲ ਵੀ ਹੈ ਬਾਈ ਇਹ 'ਚ? ਇੱਕ ਫੀਮੇਲ ਆਈ, ਤਿੰਨ ਮੇਲ ਆ ਸਰ। ਉਹਦਾ ਕੀ ਰੇਟ ਰਹੂ ਫੀਮੇਲ ਦਾ? ਫੀਮੇਲ ਦਾ 8,000 ਰੁਪਇਆ ਜੀ। ਫੀਮੇਲ ਦਾ 8,000 ਰੁਪਇਆ? ਹਾਂਜੀ। ਉਹ ਕਿਹੜੇ ਨੇ ਬਾਈ? ਇਹ ਰੋਡ ਵੀਲਰ ਆ ਜੀ। ਰੋਡ ਵੀਲਰ? ਲੈ ਵੀ ਰੋਡ ਵੀਲਰ ਦਿਖਾਉਂਦੇ ਆ, ਬੜਾ ਸਿਆਣਾ ਕੁੱਤਾ ਹੁੰਦਾ ਮੈਨੂੰ ਲੱਗਦਾ ਵੀ ਇਹ ਨਾ ਬਾਈ ਕਹਿੰਦੇ ਹੁੰਦੇ ਨੇਗੇ। ਇਹ ਫੀਮੇਲ ਆ ਜੀ। ਫੀਮੇਲ ਆ ਕਿੰਨੇ ਦਿਨਾਂ ਦੀ ਵੀਰੇ? ਇਹ 40 ਦਿਨਾਂ ਦੀ ਹੋਈ। 40 ਦਿਨਾਂ ਦੀ ਫੀਮੇਲ ਆ? ਇਹਦੇ 'ਚ ਵੀ ਕੋਡ ਹੁੰਦੇ ਨੇਗੇ? ਨਹੀਂ ਨਹੀਂ, ਸਿੰਪਲ ਹੁੰਦੇ ਸਾਰੇ। ਅੱਛਾ, ਇਹ ਸਿੰਪਲ ਹੀ ਹੁੰਦੇ ਨੇ ਕਿਉਂਕਿ ਜਾਣਕਾਰੀ ਹੈ ਜਿਹੜੀ ਉਹ ਲੈ ਲੈਣੀ ਚਾਹੀਦੀ ਜੇ ਮਿਲਦੀ ਹੋਵੇ ਨਾ। ਤੇ ਡਿਮਾਂਡ ਕੀ ਰਹੂ ਬਾਈ ਇਹਦੀ? ਇਹਦੀ 8,000 ਰੁਪਇਆ ਡਿਮਾਂਡ। ਇਹਦੀ 8,000 ਰੁਪਇਆ ਹੈ। ਉਹ ਕੀ ਹੈ? ਉਹ ਮੇਲ ਹੈ ਜੀ। ਲੈ ਉਹ ਵੀ ਚੱਕ ਕੇ ਦਿਖਾ ਦੇ ਮੇਰਾ ਵੀਰ ਬਣ ਕੇ। ਲੈ ਬਾਈ ਦਿਖਾ ਰਹੇ ਹਾਂਗੇ, ਬਹੁਤ ਸੋਹਣੇ ਸੋਹਣੇ ਨੇਗੇ ਬਾਈ। ਇਹ ਕਿਵੇਂ ਦੀ ਬਰੀਡ ਹੈਗੀ? ਵਧੀਆ ਘਰੇ ਵਧੀਆ? ਹਾਂ, ਗਾਰਡ ਵਾਸਤੇ ਬਹੁਤ ਵਧੀਆ ਚੀਜ਼ ਹੈ। ਅੱਛਾ, ਪੂਰੀ ਰਾਖੀ ਕਰਦਾ? ਫੁੱਲ ਰਾਖੀ ਜੀ। ਕੀ ਬਾਤ ਹੈ ਯਾਰ, ਇਹਦੀ ਡਿਮਾਂਡ ਬਾਈ ਜੀ? ਇਹਦਾ 15,000 ਰੁਪਏ ਦਾ ਪੇਅਰ। ਇਹਦਾ 15,000 ਦਾ ਪੇਅਰ ਹੈ। ਹਾਂਜੀ ਹਾਂਜੀ। ਤੇ ਹੋਰ ਵੀ ਹੈਗੇ ਨੇਗੇ ਉਧਰ, ਆ ਦਿਖਾਉਣਗੇ ਪਪੇਰੀਅਨ ਚਿੱਟੇ ਰੰਗ ਦੇ। ਇਹ ਕਿੰਨੇ ਕੁ ਦਿਨਾਂ ਦੇ ਗੁਰਤੇ ਬਾਈ? ਇਹ 30 ਦਿਨਾਂ ਦੇ ਬਾਈ। 32 ਦਿਨ ਦੇ ਬੱਚੇ ਨੇ। 30-32 ਦਿਨਾਂ ਦੇ ਬੱਚੇ ਹੈ, ਦੋਨੇ ਕੁਦੂਤਰ ਹੋ ਜਾਂਦੇ ਨੇ। ਠੀਕ ਹੈ, ਇਹ ਤਾਂ ਬੜਾ ਸੋਹਣਾ ਯਾਰ ਹੈ ਨਾ। ਵਾਈਟ ਹੈ ਜੀ, ਪਿਓਰ ਵਾਈਟ। ਲੈ ਕੀ ਬਾਤ ਹੈ, ਮੇਲ ਹੈ ਜਾਂ ਫੀਮੇਲ ਹੈ? ਮੇਲ ਹੈ ਜੀ। ਇਹ 'ਚ ਤਾਂ ਨਹੀਂ ਹੁੰਦਾ ਕੋਟ ਕੂਟ? ਨਾ ਜੀ, ਹੁੰਦਾ ਡਬਲ ਕੋਟ ਹੁੰਦੇ ਆ ਵੀ ਵਧੀਆ ਜੀ। ਅੱਛਾ, ਇੱਕ ਸਿੰਗਲ ਮੱਧਮ ਕੋਟ ਹੁੰਦਾ ਥੋੜ੍ਹਾ ਜਿਹਾ। ਠੀਕ, ਉਹਦੇ ਜੱਤ ਘੱਟ ਹੁੰਦੀ ਹੈ, ਇਹਦੀ ਹਾਈਟ ਦਾ ਵੀ ਹੁੰਦਾ ਵੀ ਉੱਚੀ। ਇਹਦਾ ਫਾਦਰ ਮਾਦਰ ਹੈਗਾ ਆਪਣੇ ਕੋਲ? ਹਾਂਜੀ ਹਾਂਜੀ ਹਾਂਜੀ, ਸੋਨੂ ਇਹਦਾ ਬਦਰ ਤਾਂ। ਅੱਛਾ, ਆਪਣੇ ਕੋਲ ਪਹਿਲਾਂ ਸੀਗਾ ਸੋਨੂ ਦਾ। ਅੱਛਾ, ਉਹਦਾ ਬੱਚਾ ਹੈ? ਹਾਂਜੀ ਹਾਂਜੀ। ਠੀਕ ਹੈ, ਕਿੰਨੇ ਦਿਨਾਂ ਦਾ ਦੱਸਿਆ ਤੁਸੀਂ? 32 ਦਿਨਾਂ ਦਾ ਜੀ। 32 ਦਿਨਾਂ ਦਾ। ਇਹਦੀ ਡਿਮਾਂਡ ਕਿੰਨੀ ਕਾ ਬਾਈ ਅੱਜ? ਇਹ ਤਾਂ ਖੜਦੇ ਨਹੀਂ ਜੀ, ਵਿਕੀ ਜਾਂਦੇ ਤਾਂ। ਅੱਛਾ, ਹਾਂ, ਇਹਨੂੰ ਕੋਈ ਗਿਫਟ ਕਰਨ ਵਾਸਤੇ ਕੋਈ ਬਰਥਡੇ ਤੇ ਦੇਣਾ ਹੈ, ਕਿਸੇ ਨੂੰ ਗਿਫਟ ਕਰਨਾ ਹੈ ਕੋਈ? ਇਹ ਤਾਂ ਛੋਟੀ ਹਾਈਟ ਦਿੰਦੇ ਨੇ? ਹਾਂ ਜੀ ਹਾਂ, ਛੋਟੀ ਹਾਈਟ ਦੀ, ਜਮੀਨੀ ਕੀ ਹਾਈਟ ਦੀ। ਸਹੀ ਗੱਲ ਹੈ, ਜਿਹੜੇ ਬਾਈ ਪਾਰਕੂਨ ਨੇ ਉਹਨਾਂ ਨੂੰ ਪਤੀ ਹੈ। ਹਾਂ ਜੀ, ਫੈਮਿਲੀ ਡੌਗ ਹੈ ਬਾਕੀ। ਇਹ ਵਿਕਿਆ ਕਰੇ ਬੱਚਾ ਖੇਡਿਆ? ਅੱਛਾ, ਦੋ ਵੇਚਤੇ ਬਾਈਆਂ ਨੇ ਤੇ ਕੁੱਤਿਆਂ ਦਾ ਬੜਾ ਵੱਡਾ ਕੰਮ ਆ ਬਾਈਆਂ ਦੇ ਕੋਲੇ। ਉਹ ਵਿੱਚ ਕਿਹੜੇ ਨੇਗੇ, ਫੀਮੇਲ ਨੇ ਜਾਂ ਮੇਲ ਨੇ? ਉਹ ਦੋਨੇ ਮੇਲ ਆ ਜੀ। ਉਹ ਦੋਏ ਮੇਲ ਨੇ? ਹਾਂ ਜੀ ਹਾਂ ਜੀ।
ਜੋ ਗੇਟ ਦਾ ਖੜਕਾ ਤਾਂ ਉਹਦੀ ਨਾਲ ਦੀ ਨਾਲ ਬਾਹਰ ਚਾਲ ਨਹੀਂ ਚੁਣਦਾ ਇਹ ਵੀ ਦੱਸਣਾ ਵੀ ਆ ਬੰਦਾ ਆ ਗਿਆ ਵੀ ਬੰਦਾ ਆ ਗਿਆ ਇਹ ਤਾਂ ਫਿਰ ਘੈਂਟ ਹੈਗਾ ਹਨਾ ਇਹਦੀ ਕੀ ਡਿਮਾਂਡ ਆ ਵੀਰੇ ਇਹਦਾ 3500 ਰੁਪਏ ਮੇਲ ਆ ਗਿਆ ਨਾ ਹਾਂਜੀ 3500 ਦਾ ਮੇਲ ਹੈਗਾ ਬਾਕੀ ਕਰ ਲਾਂਗੇ ਬਾਈ ਕਹਿੰਦਾ ਓਕੇ ਤੇ ਨਾ ਬਾਕੀ ਫੀ ਮੇਲ ਉਹ ਵਿੱਚ ਫੀ ਮੇਲ ਹੈ ਉਹ ਵੀ ਮੇਲ ਹੈ ਜੀ ਉਹ ਵੀ ਮੇਲ ਹੈ ਦੋ ਨੇ ਬਾਈਆਂ ਦੇ ਕੋਲੇ ਹਾਂਜੀ ਹਾਂਜੀ ਲੈ ਬਾਈ ਹੁਣ ਜਰਮਨ ਦਿਖਾਉਣਾਂਗੇ ਆਪਾਂ ਤੁਹਾਨੂੰ ਜਰਮਨ ਦਾ ਵੱਡਾ ਮੇਲ ਮੇਲ ਆ ਬਾਈ ਹੈ ਨਾ ਹਾਂਜੀ ਹਾਂਜੀ ਮੇਲ ਦਿਖਾਉਣਾਂਗੇ ਲੈ ਬਾਈ ਮੇਲ ਦਿਖਾਉਣੇ ਆ ਬਿਲਕੁਲ ਤਿਆਰ ਆ ਖੋਲ ਦਿਆਂਗੇ ਤੇ ਮੈਨੂੰ ਹੀ ਫੜਾ ਬਾਈ ਹਾਂਜੀ ਮੈਨੂੰ ਤਾਂ ਨਹੀਂ ਖਿੱਚ ਕੇ ਪਾਦਾ ਅੱਛਾ ਜਿੱਧਰ ਲੈ ਜਾਂ ਬਗ ਜੂਗਾ ਜਿੱਧਰ ਮਰਜ਼ੀ ਲੈ ਜਾ ਲੈ ਕਿੱਧਰ ਲੈ ਕੇ ਜਾਵਾਂ ਲੈ ਕਰ ਆਇਆ ਪੁੱਤ ਆਇਆ ਲੈ ਕਰ ਆਇਆ ਰੱਸੀ ਲੰਬੀ ਰੱਖੀ ਹੋਈ ਆ ਇਹਨੂੰ ਹਾਂ ਹਾਂ ਫਿਰ ਕੀ ਬਾਤ ਹੈ ਯਾਰ ਹੈ ਇਹ ਕਿਵੇਂ ਦਾ ਗੱਡਾ ਹੋਊ ਬਹੁਤ ਵਧੀਆ ਚੀਜ਼ ਹੈ ਜੀ ਕਿੰਨੀ ਕੇਜ ਦਾ ਬਈ 8.5 ਮਹੀਨੇ ਦਾ ਹੋਇਆ ਜੀ 8.5 ਮਹੀਨੇ ਦਾ ਆਪਣੇ ਕੋਲੇ ਜੀ ਅੱਛਾ ਹਾਂਜੀ ਹਾਂਜੀ ਇਹ ਵੀ ਵੇਚਣਾ ਆਪਾਂ ਨੇ ਨਹੀਂ ਨਹੀਂ ਆਪਾਂ ਇਹ ਸਟੱਡ ਤਿਆਰ ਕਰਦੇ ਹਾਂ ਇਹ ਸਟੱਡ ਵਾਸਤੇ ਤਿਆਰ ਕਰ ਰਹੇ ਨੇ ਹਾਂਜੀ ਇਹਦਾ ਫਾਦਰ ਕਿਹੜਾ ਹੈਗਾ ਇਹਦਾ ਘਰੇ ਆ ਜੀ ਫਾਦਰ ਆਪਣੇ ਕੋਲ ਘਰੇ ਫਾਦਰ ਹੈ ਅੱਛਾ ਫਿਰ ਤਾਂ ਕਾਫੀ ਸਟੱਡ ਦਾ ਕੰਮ ਹੀ ਆ ਫਿਰ ਆਪਣਾ ਨਾ ਸਟੱਡ ਸਰਵਿਸ ਹੈਗੀ ਆਪਣੇ ਕੋਲੇ ਹਾਂਜੀ ਹਾਂਜੀ ਅੱਛਾ ਠੀਕ ਹੈ ਲੈ ਇੱਕ ਵਾਰ ਹੋਰ ਲੈ ਜੀ ਕੋਈ ਚੱਕਰ ਨਹੀਂ ਲੈ ਜੀ ਲੈ ਵੀ ਆ ਜਾ ਗਿਆ ਚਲ ਬਤਾ ਨੌ ਕੀ ਰੱਖਿਆ ਇਹਦਾ ਡਾਬਰ ਜੀ ਟਾਈਗਰ ਸੌਰੀ ਟਾਈਗਰ ਟਾਈਗਰ ਚਲ ਵੀ ਟਾਈਗਰ ਉਹ ਉਹੀ ਨਿਕਲ ਗਿਆ ਮੂੰਹ ਚ ਕਮਾਦ ਘੁੰਮ ਜੂਗਾ ਟਾਈਗਰ ਆਇਆ ਲੈ ਵੀ ਟਾਈਗਰ ਦਿਖਾ ਰਹੇ ਤੁਹਾਨੂੰ ਲੈ ਵੀਰੇ ਪੁੱਲਰ ਧੰਨਵਾਦ ਬਾਈ ਅਤੇ ਇਹ ਸਟੱਡ ਸਰਵਿਸ ਲੈਣ ਦੇ ਲਈ ਬਾਈ ਤਿਆਰ ਕਰ ਰਹੇ ਨੇਗੇ ਅਤੇ ਹੋਰ ਕਿਹੜਾ ਬਾਈ ਆਪਣੇ ਵਿੱਚ ਗੱਡੀ ਦੇ ਉਹ ਸ਼ਿਕਾਰੀ ਹੈ ਗ੍ਰੇ ਸ਼ਿਕਾਰੀ ਲੈ ਉਹ ਵੀ ਦਿਖਾਈਏ ਹਾਂਜੀ ਹਾਂਜੀ ਲੈ ਵੀ ਸ਼ਿਕਾਰੀ ਵੀ ਦਿਖਾਉਂਦੇ ਹਾਂਗੇ ਅਤੇ ਵੀਡੀਓ ਦੇ ਵਿੱਚ ਬਣੇ ਰਹਿਣਾ ਨੰਬਰ ਦੇਣ ਲੱਗਿਆ ਬਾਈਆਂ ਦਾ ਅਤੇ ਵੇਚ ਸਕਦੇ ਹੋਗੇ ਖਰੀਦ ਸਕਦੇ ਹੋਗੇ ਮਾਫ ਕਰਨਾ ਕੱਢਿਓ ਬਾਈ ਪੁੱਲਰ ਆ ਜਾਓ ਇਹ ਦਿਖਾਉਂਦੇ ਗੇ ਸ਼ਿਕਾਰੀ ਕੁੱਤੇ ਜਿਹੜੇ ਬਾਈ ਸ਼ਿਕਾਰੀ ਰੱਖਦੇ ਨੇਗੇ ਸ਼ਿਕਾਰੀਆਂ ਦੇ ਵੀ ਬੜੇ ਸ਼ੌਕੀਨ ਨੇ ਹਾਂਜੀ 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 ਇਹ ਤਾਂ ਹੈ ਨਹੀਂ ਗਾ ਵੀ ਹੈ ਨਾ ਮੇਲ ਆ ਨਾ ਇਹ 11 ਕੁ ਮਹੀਨੇ ਦਾ ਹੋ ਗਿਆ ਜੀ 11 ਕੁ ਮਹੀਨੇ ਦਾ ਮੇਲ ਹੈ ਸਟੱਡ ਲਈ ਤਿਆਰ ਇਹ ਹਾਂਜੀ ਹਾਂ ਅੱਛਾ ਇਹਦਾ ਫਾਦਰ ਆਪਣੇ ਕੋਲ ਹੀ ਆ ਨਹੀਂ ਆਪਾਂ ਇਹ ਲਿਆ ਸੀ ਇਹ ਗਾਹਾਂ ਤੋਂ ਲਿਆ ਸੀ ਠੀਕ ਹੈ ਉਹਦਾ ਠੀਕ ਹੈ ਬਿਲਕੁਲ ਤੰਦਰੁਸਤ ਹਾਂ ਪੂਰਾ ਕਿਆ ਬਾਤ ਹੈ ਨਹੀਂ ਪੂਰਾ ਜੀ ਮਰਜ਼ੀ ਕੋਈ ਚੱਕਰ ਇਹਨੂੰ ਭਜਾਉਣ ਤਾਂ ਨਹੀਂ ਲੱਗਿਆ ਪਰ ਨਹੀਂ ਕਿਹੜਾ ਹੁਣ ਟਰਾਈ ਕਰਦੇ ਹਾਂ ਥੋੜੀ ਥੋੜੀ ਜੀ ਅੱਛਾ ਉਹਦਾ ਭਜਾ ਤਾਂ ਲੈਨੇ ਆਪਾਂ ਭਜਦਾ ਜੀ ਪੂਰਾ ਟਰੈਕ ਤੇ ਲੱਗਿਆ ਥੋੜਾ ਥੋੜਾ ਜੀ ਅੱਛਾ ਅੱਛਾ ਇਹ ਵੇਚਣਾ ਹਾਂਜੀ ਇਹ ਕਿੰਨੇ ਰੁਪਏ ਦਾ ਇਹ ਤਾਂ 15,000 ਰੁਪਏ ਡਿਮਾਂਡ ਕਰਦੇ ਆ ਖਰਾਕ ਕਿੰਨੇ ਰੁਪਏ ਦੀ ਲੈਂਦਾ ਬਾਈ ਇੱਕ ਦਿਨ ਦੀ 100 ਰੁਪਏ ਖਾਂਦਾ ਵੀ ਸੁਬਾ ਸ਼ਾਮ ਹਾਂਜੀ ਅੱਛਾ ਵੀ ਮੰਨ ਕੇ ਚੱਲੀ ਹੁਣ ਗਰਮੀ ਆ ਗਈ ਆਂਡੇ ਉਂਡੇ ਬੰਦ ਕਰ ਦੇਂਗੇ ਮੈਂ ਚਿਕਨ ਚੁਕਨ ਵੀ ਬੰਦ ਅੱਛਾ ਵੀ ਚਿਕਨ ਵੀ ਖਵਾਉਣਾ ਹਾਂਜੀ ਹਾਂਜੀ ਇਹਨੂੰ ਤਾਂ ਖਾ ਸਕਵਾਉਣਾ ਪੈਂਦਾ ਹਾਂਜੀ ਹਾਂ ਖਰਾਕ ਇਹਦੀ ਵੱਧ ਹੁੰਦੀ ਦੂਜੀ ਬਣਾ ਨਹੀਂ ਖਰਾਕ ਹੈ ਜੀ ਇਹਦੀ ਅੱਛਾ ਹਾਂ ਮਾਸਲ ਬਣਾਉਣੇ ਪੈਂਦੇ ਹਾਂਜੀ ਹਾਂਜੀ ਸਹੀ ਗੱਲ ਆ ਕਿੰਨੀ ਡਿਮਾਂਡ ਆ ਬਾਈ ਹਾਂਜੀ ਇਹਦਾ 15,000 ਰੁਪਏ ਡਿਮਾਂਡ 15,000 ਰੁਪਏ ਡਿਮਾਂਡ ਹੈਗੀ ਇਹ ਨੰਬਰ ਕਿਹੜਾ ਬਾਈ ਆਪਣਾ ਦਈ ਕੁੱਲਰ ਬਾਈ ਬਾਕੀ ਛੋਟ ਹੀ ਬੱਚਾ ਜੀ ਅੱਛਾ 78377 ਜੀ 71003 8360202026 ਅੱਛਾ ਲੈ ਇਹ ਬਾਈ ਆਂਦੇ ਨੇ ਵਟਸਐਪ ਚੱਲਦਾ ਹੈਗਾ 7837771003 ਤੇ ਜੀ ਬਾਈ ਖਰੀਦ ਵੀ ਲੈਨੇ ਆਪਾਂ ਨਾ ਹਾਂਜੀ ਹਾਂ ਚੰਗੇ ਬੱਚੇ ਨੂੰ ਲੈ ਵੀ ਲੈਨੇ ਚੰਗੇ ਬੱਚੇ ਖਰੀਦ ਵੀ ਲੈਂਦੇ ਨੇ ਜੇ ਤੁਸੀਂ ਵੇਚਣੇ ਵੀ ਨੇ ਬਾਈ ਦਾ ਸੰਪਰਕ ਨੰਬਰ ਬਾਈ ਨੇ ਬੋਲ ਹੀ ਦਿੱਤਾ ਖਰੀਦ ਵੀ ਸਕਦੇ ਹੋ ਤੇ ਵੇਚ ਵੀ ਸਕਦੇ ਹੋਗੇ ਸਾਰੀਆਂ ਸੁਵਿਧਾਵਾਂ ਬਾਈ ਹੋਰਾਂ ਦੇ ਕੋਲ ਹੈਗੀਆਂ ਨੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਅਮਰੀਕਨ ਬੁਲੀ ਬੱਚੇ ਵੀ ਹੈਗੇ ਆਪਣੇ ਕੋਲ ਜੇ ਕਿਸੇ ਲੈਣੇ ਮੈਕਰੋ ਸਾਈਜ਼ ਆਪਣੇ ਕੋਲ T2 ਡੌਗ ਹੈ ਅੱਛਾ ਜੀ ਹਾਂਜੀ ਹਾਂ T2 ਡੌਗ ਹੈਗਾ ਲਓ ਬਾਈ ਮੇਲ ਵੀ ਪਏ ਆ ਬਹੁਤ ਸੋਹਣੇ ਬਸ ਹੁਣ ਤਾਂ ਬਾਈ ਜਦੋਂ ਕਾਲ ਕਰਨਗੇ ਆਪੇ ਪੁੱਛਣਗੇ ਕੀ ਕੀ ਹੈ ਬਾਈ ਹੈ ਨਾ ਅਤੇ ਬਾਈ ਦਾ ਸੰਪਰਕ ਨੰਬਰ ਦੇ ਰਹੇਗੇ ਸਕਰੀਨ 'ਤੇ ਵੀ ਹੈਗਾ ਸੰਪਰਕ ਕਰ ਲਿਓ ਅਤੇ ਧੰਨਵਾਦ ਭੁੱਲ ਬਾਈ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਓਕੇ ਮੇਰੇ ਤੇ ਲਾਣਾ ਟੀਵੀ 'ਤੇ ਭਾਈ ਵੱਧ ਤੋਂ ਵੱਧ ਸ਼ੇਅਰ ਲਾਇਕ ਕਰੋ ਓਕੇ ਕਿੰਨਾ ਨੰਬਰ ਹੈ 90568 ਆ ਜਾ ਉਰੇ ਆ ਜਾ ਮਾੜਾ ਜਿਹਾ ਇੱਕ ਬਾਈ ਲੈ ਲੂਗਾ ਨੰਬਰ ਇੱਕ ਨੰਬਰ ਹੋਰ ਬੋਲਣ ਲੱਗਿਆ ਵੀਰੇ ਉਹੀ ਗੁਰਤੇਜ ਬਾਈ ਤੋਂ 9568 6914 ਇਹ ਜੀ ਅਮਰੀਕਨ ਬੁਲੀ ਆਪਣੇ ਕੋਲ ਸਟੱਡ ਵੀ ਹੈਗੇ ਆ ਅਤੇ ਘਰੇ ਬੱਚੇ ਵੀ ਪਏ ਹੈਗੇ ਚੰਗੀ ਕੁਆਲਿਟੀ ਦੇ ਹੈਗੇ ਪੂਰੇ ਵਧੀਆ ਬੱਚੇ ਠੀਕ ਹੈ ਪਰ ਠੀਕ ਹੈ ਜੀ ਤੁਹਾਨੂੰ ਓਕੇ ਜੀ ਓਕੇ ਠੀਕ ਹੈ ਧੰਨਵਾਦ